ਪਾਠ 8ਵਾਂ ਸ਼ੇਖ ਜਿੱਲੀ ਪਿਆਰੇ ਬੱਚਿਓ ਕੱਲ ਅਸੀਂ ਸਾਰੇ ਪੰਜਾਬੀ ਦੇ ਪੀਰੀਅਡ ਵਿੱਚ ਲਾਇਬ੍ਰੇਰੀ ਵਿੱਚ ਜਾਵਾਂਗੇ ਵਾਹ ਮੈਡਮ ਜੀ ਲਾਇਬ੍ਰੇਰੀ ਵਿੱਚ ਜਾ ਕੇ ਆਪਾਂ ਤਸਵੀਰਾਂ ਵਾਲੀਆਂ ਕਿਤਾਬਾਂ ਦੇਖ ਸਕਦੇ ਹਾਂ ਬੇਟਾ ਆਪਾਂ ਕੱਲ ਲਾਇਬ੍ਰੇਰੀ ਵਿੱਚ ਜਾ ਕੇ ਕਹਾਣੀਆਂ ਦੀਆਂ ਕਿਤਾਬਾਂ ਵਿੱਚੋਂ ਕਹਾਣੀਆਂ ਪੜਾਂਗੇ ਤੇ ਫਿਰ ਜਮਾਤ ਵਿੱਚ ਉਹਨਾਂ ਬਾਰੇ ਚਰਚਾ ਕਰਾਂਗੇ ਠੀਕ ਹੈ ਮੈਡਮ ਜੀ ਚਲਿਏ ਫਿਰ ਪੁੱਤਰ ਅੱਜ ਨਹੀਂ ਕੱਲ ਜਾਵਾਂਗੇ ਅੱਜ ਤਾਂ ਮੈਂ ਤੁਹਾਨੂੰ ਆਪਣੀ ਪੜੀ ਹੋਈ ਇੱਕ ਸ਼ੇਖ ਚਿੱਲੀ ਦੀ ਕਹਾਣੀ ਸੁਣਾਉਂਦੀ ਹਾਂ ਇੱਕ ਘਰ ਵਿੱਚ ਪੰਜ ਭਰਾ ਸਨ ਉਹਨਾਂ ਵਿੱਚੋਂ ਸਭ ਤੋਂ ਛੋਟਾ ਬੜਾ ਸ਼ਰਾਰਤੀ ਸੀ ਸਾਰਾ ਦਿਨ ਵੇਲਾ ਰਹਿੰਦਾ ਅਤੇ ਕੋਈ ਕੰਮ ਨਹੀਂ ਸੀ ਕਰਦਾ ਪਰ ਗੱਲਾਂ ਦਾ ਬਹੁਤ ਧਨੀ ਸੀ ਉਹ ਸਾਰੇ ਉਸ ਨੂੰ ਸ਼ੇਖ ਚਿੱਲੀ ਆਖਣ ਲੱਗ ਪਏ ਉਹ ਕਹਿੰਦੇ ਤੂੰ ਭੁੱਖਾ ਮਰ ਜਾਵੇਂਗਾ ਕੰਮ ਤਾਂ ਇੱਕ ਦਿਨ ਕਰਨਾ ਹੀ ਪਊ ਅੱਗੋਂ ਸ਼ੇਖ ਚਿੱਲੀ ਜਵਾਬ ਦਿੰਦਾ ਮੈਨੂੰ ਤਾਂ ਰੱਬ ਉੱਪਰੋਂ ਹੀ ਥਾਲ ਲਾ ਕੇ ਭੇਜਦਾ ਹੈ ਮੈਨੂੰ ਆਪਣੀ ਰੋਟੀ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਉਹ ਹੋਰ ਵੀ ਬੜੀਆਂ ਅਜੀਬੋ ਗਰੀਬਗੱਲਾਂ ਕਰਦਾ ਸ਼ੇਖ ਚਿੱਲੀ ਵੱਡਾ ਹੋ ਗਿਆ ਅਤੇ ਉਸ ਦਾ ਵਿਆਹ ਵੀ ਹੋ ਗਿਆ ਪਰ ਹੁਣ ਵੀ ਕੰਮ ਦਾ ਤਾਂ ਉਹ ਡੱਕਾ ਪਨ ਕੇ ਦੂਰਾ ਨਹੀਂ ਸੀ ਕਰਦਾ ਆਖਰ ਸਾਰੇ ਭਰਾਵਾਂ ਨੇ ਅੱਕ ਕੇ ਉਸ ਨੂੰ ਅੱਡ ਕਰ ਦਿੱਤਾ ਉਸ ਨੂੰ ਨਾ ਕੋਈ ਖੇਤ ਦਿੱਤਾ ਨਾ ਬੰਨਾ ਕੇਵਲ ਇੱਕ ਮੱਝ ਦੀ ਛੋਟੀ ਜਹੀ ਕੱਟੀ ਅਤੇ ਇੱਕ ਕਾਨਿਆਂ ਦੀ ਚੌਪੜੀ ਉਸ ਨੂੰ ਦੇ ਦਿੱਤੀ ਪਰ ਹੁਣ ਕੱਟੀ ਨੂੰ ਕੱਖ ਕਿੱਥੋਂ ਪਾਵੇ ਕੱਟੀ ਭੁੱਖੀ ਮਰਨ ਲੱਗੀ ਆਖਰ ਉਹ ਵੀ ਛੇਕ ਚਿੱਲੀ ਸੀ ਰਾਤ ਤੱਕ ਇੱਕ ਜੁਗਤ ਕਾਢੀ ਲਈ ਉਹ ਕੱਟੀ ਨੂੰ ਮੋਢਿਆਂ ਤੇ ਚੁੱਕ ਕੇ ਲੈ ਗਿਆ ਅਤੇ ਦੂਜੇ ਭਰਾਵਾਂ ਦੇ ਖੇਤ ਦੇ ਵਿਚਾਲੇ ਲਿਜਾ ਕੇ ਬੰਨ ਦਿੱਤੀ ਕੱਟੀ ਫਸਲ ਖਾ ਕੇ ਰੱਜ ਗਈ ਸਵੇਰੇ 4 ਵਜੇ ਕੱਟੀ ਨੂੰ ਚੁੱਕ ਕੇ ਘਰ ਲੈ ਆਇਆ ਫਿਰ ਉਹ ਰੋਜ਼ਾਨਾ ਹੀ ਇਸ ਤਰ੍ਹਾਂ ਕਰਨ ਲੱਗ ਪਿਆ ਰਾਤ ਨੂੰ ਕੱਟੀ ਖੇਤ ਵਿਚਾਲੇ ਬਨ ਕੇ ਘਰ ਆ ਕੇ ਸੌ ਜਾਂਦਾ ਅਤੇ ਸਵੇਰੇ ਮੂੰਹ ਹਨੇਰੇ ਹੀ ਜਾ ਕੇ ਕੱਟੀ ਚੁੱਕ ਲਿਆਉਂਦਾ ਦੂਜੇ ਭਰਾ ਬੜੇ ਹੈਰਾਨ ਹੋਣ ਲੱਗੇ ਰੋਜ਼ਾਨਾ ਹੀ ਫਸਲ ਖਾਦੀ ਹੁੰਦੀ ਪਰ ਖੇਤੋਂ ਨਿਕਲ ਕੇ ਪੈੜ ਅਲੋਪ ਹੋ ਜਾਂਦੀ ਕਹਿੰਦੇ ਇਹ ਤਾਂ ਸ਼ੇਖ ਚਿੱਲੀ ਦਾ ਹੀ ਕੰਮ ਲੱਗਦਾ ਹੈ ਇੱਕ ਦਿਨ ਉਹਨਾਂ ਨੇ ਸ਼ੇਖ ਚਿੱਲੀ ਦੀ ਕੱਟੀ ਮਾਰ ਦਿੱਤੀ ਸ਼ੇਖ ਚਿੱਲੀ ਕਦੇ ਵੀ ਘਬਰਾਉਂਦਾ ਨਹੀਂ ਸੀ ਉਹ ਹਰ ਗੱਲ ਰੱਬ ਦਾ ਭਾਣਾ ਕਰਕੇ ਮੰਨ ਲੈਂਦਾ ਸੀ ਪਰ ਉਹ ਆਪਣੀ ਅਕਲ ਜ਼ਰੂਰ ਵਰਤਦਾ ਸੀ ਸ਼ੇਖ ਚਿੱਲੀ ਨੇ ਕੱਟੀ ਦੀ ਖਲ ਉਤਾਰ ਲਈ ਅਤੇ ਦੂਰ ਵੇਚਣ ਚੱਲ ਪਿਆ ਅੱਗੇ ਰਾਤ ਪੈ ਗਈ ਤਾਂ ਰਾਤ ਕੱਟਣ ਬਾਰੇ ਸੋਚਣ ਲੱਗਿਆ ਸਾਹਮਣੇ ਹੀ ਇੱਕ ਵੱਡਾ ਪੀਪਲ ਸੀ ਉਹ ਪਿੱਪਲ ਦੇ ਉੱਤੇ ਚੜ ਕੇ ਬੈਠ ਗਿਆ ਅੱਧੀ ਰਾਤ ਵੇਲੇ ਪਿੱਪਲ ਥੱਲੇ ਚੋਰ ਆ ਗਏ ਉਹ ਕਹਿੰਦੇ ਅੱਜ ਤਾਂ ਮਾਲੋ ਮਾਲ ਹੋ ਗਏ ਯਾਰੋ ਆਪਾਂ ਵੰਡਿਆਂ ਕਾਫੀ ਪੈਸੇ ਆ ਜਾਣਗੇ ਫਿਰ ਉਹ ਪੈਸੇ ਵੰਡਣ ਲੱਗ ਪਏ ਸ਼ੇਖ ਚਿੱਲੀ ਨੂੰ ਸ਼ਰਾਰਤ ਸੁੱਜੀ ਉਸਨੇ ਆ ਗਈ ਖੜਖੜ ਕਹਿ ਕੇ ਖਲ ਨੂੰ ਸੁੱਟ ਦਿੱਤਾ ਪੱਤਿਆਂ ਵਿੱਚੋਂ ਦੀ ਆਉਂਦੀ ਖੱਲ ਦਾ ਕਾਫੀ ਖੜਾਕ ਹੋਇਆ ਅਤੇ ਚੋਰ ਡਰ ਕੇ ਸਾਰਾ ਪੈਸਾ ਉੱਥੇ ਹੀ ਛੱਡ ਕੇ ਸਿਰ ਤੇ ਪੈਰ ਰੱਖ ਕੇ ਦੌੜ ਗਏ। ਸ਼ੇਖ ਚਿੱਲੀ ਸਾਰਾ ਪੈਸਾ ਇਕੱਠਾ ਕਰਕੇ ਸਵੇਰੇ ਘਰ ਮੁੜ ਆਇਆ। ਘਰ ਆ ਕੇ ਸ਼ੇਖ ਚਿੱਲੀ ਨੇ ਆਪਣੀ ਕੁੜੀ ਨੂੰ ਕਿਹਾ ਕਿ ਜਾ ਆਪਣੇ ਤਾਏ ਦੇ ਘਰੋਂ ਤੱਕੜੀ ਵੱਟਾ ਲੈ ਆ ਜੇ ਉਹਨਾਂ ਨੇ ਪੁੱਛਿਆ ਤਾਂ ਕਹ ਦੇ ਕਿ ਮੇਰੇ ਪਿਓ ਨੇ ਪੈਸੇ ਤੋਲਣੇ ਹਨ ਕੁੜੀ ਚਲੀ ਗਈ ਉਹਨਾਂ ਨੇ ਪੁੱਛਣਾ ਤਾਂ ਜ਼ਰੂਰ ਸੀ ਕੁੜੀ ਨੇ ਦੱਸ ਦਿੱਤਾ ਕਿ ਅਸੀਂ ਪੈਸੇ ਤੋਲਣੇ ਹਨ ਉਹ ਸਾਰੇ ਬੜੇ ਹੈਰਾਨ ਹੋਏ ਉਹਨਾਂ ਤੱਕੜੀ ਦੇ ਥੱਲੇ ਗੁੜ ਲਾ ਦਿੱਤਾ ਤਾਂ ਕਿ ਜੋ ਕੁਝ ਵੀ ਤੋਲਿਆ ਉਹ ਤੱਕੜੀ ਦੇ ਥੱਲੇ ਲੱਗ ਜਾਵੇ ਕੁੜੀ ਤੱਕੜੀ ਲੈ ਗਈ ਸ਼ੇਖ ਚਿੱਲੀ ਨੇ ਜਾਣ ਬੁਝ ਕੇ ਤੱਕੜੀ ਦੇ ਹੇਠਾਂ ਇੱਕ ਪੈਸਾ ਚੰਬੇੜ ਦਿੱਤਾ ਅਤੇ ਤੱਕੜੀ ਮੋੜ ਦਿੱਤੀ ਹੁਣ ਉਹਨਾਂ ਨੂੰ ਸੱਚੀ ਮੁੱਚੀ ਯਕੀਨ ਹੋ ਗਿਆ ਕੇ ਸ਼ੇਖ ਚਿੱਲੀ ਪੈਸੇ ਲੈ ਕੇ ਆਇਆ ਹੈ ਉਹਨਾਂ ਨੇ ਆ ਕੇ ਪੁੱਛਿਆ ਕਿ ਤੂੰ ਇੰਨੇ ਪੈਸੇ ਕਿੱਥੋਂ ਲੈ ਕੇ ਆਇਆ ਹੈ ਅੱਗੇ ਸ਼ੇਖ ਚਿੱਲੀ ਕਹੋਂਦਾ ਸੀ ਉਹ ਵੀ ਉਹ ਕਹਿੰਦਾ ਫੁਲਾਣੇ ਸ਼ਹਿਰ ਵਿੱਚ ਪਸ਼ੂਆਂ ਦੀ ਖੱਲ ਤੋਲਿਆਂ ਦੇ ਭਾਅ ਵਿਕਦੀ ਹੈ ਮੇਰੇ ਕੋਲ ਤਾਂ ਕੇਵਲ ਇੱਕ ਘਟੀ ਦੀ ਹੀ ਖੱਲ ਸੀ ਜੇ ਮੇਰੇ ਕੋਲ ਤੁਹਾਡੇ ਜਿੰਨੀਆਂ ਮੱਝਾਂ ਹੁੰਦੀਆਂ ਤਾਂ ਮੈਂ ਗੱਡਾ ਭਰ ਕੇ ਪੈਸਿਆਂ ਦਾ ਲੈ ਆਉਂਦਾ ਉਹਨਾਂ ਨੂੰ ਗੱਲ ਚੱਜ ਗਈ ਦੂਜੇ ਭਰਾਵਾਂ ਨੇ ਆਪਣੀਆਂ ਮੱਝਾਂ ਮਾਰ ਲਈਆਂ ਤੇ ਖੱਲਾਂ ਗੱਡ ਉੱਪਰ ਰੱਖ ਕੇ ਉਸ ਸ਼ਹਿਰ ਪਹੁੰਚ ਗਏ ਸ਼ਹਿਰ ਦੇ ਵਿਚਾਲੇ ਜਾ ਕੇ ਉਹਨਾਂ ਨੇ ਹੌਕਾ ਦਿੱਤਾ ਕੋਈ ਖੱਲ ਲੈ ਲਓ ਕੋਈ ਖੱਲ ਲੈ ਲਓ ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਬਹੁਤ ਬੁਰਾ ਮਨਾਇਆ ਕਿ ਮਰਦਾਰ ਦੀਆਂ ਇਹ ਦੁਰਗੰਧ ਵਾਲੀਆਂ ਖੱਲਾਂ ਦੁਕਾਨਾਂ ਸਾਹਮਣੇ ਲੈ ਕੇ ਖਲੋ ਗਏ ਹਨ ਜਦੋਂ ਕਹਿਣ ਤੇ ਵੀ ਉਹ ਉਥੋਂ ਨਾ ਤੁਰੇ ਤਾਂ ਦੁਕਾਨਦਾਰਾਂ ਨੇ ਉਹਨਾਂ ਨੂੰ ਚੰਗਾ ਕੁਟਿਆ ਅਤੇ ਉੱਥੋਂ ਪਜਾ ਦਿੱਤਾ ਚਾਰ ਭਰਾ ਗੁੱਸੇ ਨਾਲ ਭਰੇ ਪੀਤੇ ਘਰ ਮੁੜਾਏ ਕਹਿੰਦੇ ਸ਼ੇਖ ਚਿੱਲੀ ਨੇ ਧੋਖਾ ਕਰਕੇ ਸਾਨੂੰ ਉਜਾੜ ਦਿੱਤਾ ਹੈ ਆਉਣ ਦੇ ਸਾਰ ਉਹਨਾਂ ਨੇ ਸ਼ੇਖ ਚਿੱਲੀ ਦੀ ਚੌਂਪੜੀ ਅੱਗ ਲਾ ਕੇ ਫੂਕ ਦਿੱਤੀ ਵਿਚਾਰਾ ਸ਼ੇਖ ਚਿੱਲੀ ਫੇਰ ਸੋਚੀ ਪੈ ਗਿਆ ਆਖਰ ਉਸਨੇ ਸਾਰੀ ਸਵਾ ਦੋ ਬੋਰੀਆਂ ਵਿੱਚ ਭੰਨ ਲਈ ਅਤੇ ਰੇੜੇ ਉੱਤੇ ਰੱਖ ਕੇ ਚੱਲ ਪਿਆ ਤੁਰਦੇ ਤੁਰਦੇ ਰਾਤ ਹੋ ਗਈ ਰਾਹ ਵਿੱਚ ਇੱਕ ਬੁੱਢੀ ਤੁਰੀ ਜਾ ਰਹੀ ਸੀ ਉਸ ਨਾਲ ਇੱਕ ਛੋਟਾ ਜਿਹਾ ਮੁੰਡਾ ਵੀ ਸੀ ਜੋ ਥੱਕਿਆ ਹੋਇਆ ਸੀ ਬੁੱਢੀ ਕਹਿੰਦੀ ਵੇ ਭਰਾਵਾ ਤੈਨੂੰ ਪੁੰਨ ਲੱਗੂ ਇਸ ਮੁੰਡੇ ਨੂੰ ਰੇੜੇ ਤੇ ਬਿਠਾ ਲੈ ਕਹਿੰਦੇ ਕਹਿੰਦੇ ਬੁੱਢੀ ਨੇ ਮੁੰਡੇ ਨੂੰ ਰੇੜੇ ਤੇ ਬਿਠਾ ਦਿੱਤਾ ਮੁੰਡੇ ਦੇ ਹੱਥ ਵਿੱਚ ਲਾਲ ਟੇਣ ਸੀ ਸ਼ੇਖ ਚਿੱਲੀ ਬਹੁਤ ਤੁਚ ਉਸ ਤੇ ਉਸਨੇ ਛੱਟ ਰੇੜਾ ਰੋਕ ਲਿਆ ਅਤੇ ਕਹਿੰਦਾ ਮਾਈ ਇਹ ਕੀ ਕੀਤਾ ਤੂੰ ਮੇਰੀਆਂ ਬੋਰੀਆਂ ਧੰਨ ਨਾਲ ਭਰੀਆਂ ਹੋਈਆਂ ਹਨ ਜੇ ਇਸ ਮੁੰਡੇ ਕੋਲੋਂ ਲਾਲਟਣ ਡਿੱਗ ਗਈ ਤਾਂ ਸਾਰਾ ਧੰਨ ਸਵਾਹ ਬਣ ਜਾਏ ਬੁੱਢੀ ਨੇ ਸਮਝਿਆ ਐਵੇਂ ਕਰਦਾ ਇਹੇ ਬਿਠਾਉਣ ਦਾ ਮਾਰਾ ਕਹਿੰਦੀ ਵੇ ਭਾਈ ਕੁਛ ਨਹੀਂ ਹੁੰਦਾ ਤੇਰੇ ਤਨ ਨੂੰ ਜੇ ਤੇਰਾ ਤਨ ਸਵਾਹ ਹੋ ਗਿਆ ਤਾਂ ਤੈਨੂੰ ਮੈਂ ਇੰਨਾ ਤਨ ਹੋਰ ਦੇ ਦੂੰ ਸ਼ੇਖ ਚਿੱਲੀ ਚੱਲ ਪਿਆ ਅੱਗੇ ਬੁੱਢੀ ਦਾ ਘਰ ਆ ਗਿਆ ਜਦੋਂ ਉਹ ਮੁੰਡੇ ਨੂੰ ਉਤਾਰਨ ਲੱਗੀ ਤਾਂ ਸ਼ੇਖ ਚਿੱਲੀ ਨੇ ਰੇੜਾ ਜ਼ੋਰ ਨਾਲ ਹਿਲਾਇਆ ਅਤੇ ਲਾਲ ਟੇਣ ਡਿੱਗਣ ਨਾਲ ਅਗ ਲੱਗ ਗਈ ਸ਼ੇਖ ਚਿੱਲੀ ਚਿਲਾਇਆ ਕਹਿੰਦਾ ਕਰਾਤੀ ਨਾ ਮਾਈ ਇਹੋ ਗੱਲ ਆਹ ਦੇਖ ਲੈ ਸਵਾਹ ਬਣੀ ਬੋਰੀ ਖੋਲੀ ਤਾਂ ਸੱਚੀ ਸਵਾਹ ਬਣੀ ਪਈ ਸੀ ਬੁੱਢੀ ਅਮੀਰ ਘਰ ਦੀ ਧੀ ਸੀ ਉਸਨੇ ਕਰੋ ਦੋ ਬੋਰੀਆਂ ਧੰਨ ਦੀਆਂ ਭਰ ਕੇ ਸ਼ੇਖ ਚਿੱਲੀ ਨੂੰ ਦੇ ਦਿੱਤੀ ਆ ਉਹ ਖੁਸ਼ੀ ਖੁਸ਼ੀ ਘਰ ਮੁੜ ਆਇਆ घर आके फिर उसने कुड़ी तो तकड़ी मंगवाई कुड़ी ने फिर जाके कहा के तकड़ी दे ओ, असी पैसे तो लने फिर तकड़ी दे थले गुड़ ला के दे दिती शेख चिली ने पहला वांग ही गुड़ न पैसे चंबेड़ तकड़ी मोड़ दिती सारे भरा फिर हैरान ਉਹ ਸ਼ੇਖ ਜੱਲੀ ਤੋਂ ਪੁੱਛਣ ਲੱਗੇ ਕਿ ਤੇਰੇ ਕੋਲ ਕਿਹੜੀ ਗਿੱਦੜ ਸਿੰਗੀ ਹੈ ਜਿਸ ਨਾਲ ਤੂੰ ਇੰਨੇ ਪੈਸੇ ਲੈ ਆਇਆ ਹੈ ਉਹ ਕਹਿੰਦਾ ਤੁਸੀਂ ਤਾਂ ਘਰ ਕੋਸੜੂ ਬੰਦੇ ਹੋ ਨਵੀਆਂ ਗੱਲਾਂ ਦਾ ਤਾਂ ਬਾਹਰ ਫਿਰੇ ਤੁਰੇ ਤੋਂ ਪਤਾ ਲੱਗਦਾ ਹੈ ਕਹਿੰਦਾ ਇੱਥੋਂ ਬਹੁਤ ਦੂਰ ਫਲਾਣੇ ਸ਼ਹਿਰ ਵਿੱਚ ਸਵਾ ਬਹੁਤ ਮਹਿੰਗੀ ਵਿਕਦੀ ਹੈ ਮੇਰੀ ਤਾਂ ਚੌਪਣੀ ਹੀ ਛੋਟੀ ਸੀ ਜੇ ਕਿਤੇ ਤੁਹਾਡੇ ਘਰ ਜਿੱਡਾ ਘਰ ਹੁੰਦਾ ਤਾਂ ਮੈਥੋਂ ਸਵਾਹ ਦੇ ਪੈਸੇ ਚੁੱਕੇ ਨਹੀਂ ਸੀ ਜਾਣੇ ਸਾਰੇ ਭਰਾ ਕਹਿੰਦੇ ਗਲਤ ਤਾਂ ਸੱਚੀ ਹੀ ਹੋਊ ਕਿਉਂਕਿ ਹੋਰ ਇੰਨੇ ਪੈਸੇ 베ਰੀ ਨਾਲੋਂ ਤਾਂ ਨਹੀਂ ਤੋੜ ਲਿਆ ਆ ਉਹਨਾਂ ਨੇ ਇੱਕ ਘਰ ਛੱਡ ਕੇ ਬਾਕੀ ਸਾਰੇ ਘਰਾਂ ਨੂੰ ਅੱਗ ਲਾ ਦਿੱਤੀ ਫਿਰ ਸਾਰੀ ਸਵਾਹ ਗੱਡੇ ਉੱਤੇ ਲੱਦ ਕੇ ਉਸ ਸ਼ਹਿਰ ਲੈ ਗੇ ਬਾਜ਼ਾਰ ਦੇ ਵਿਚਾਲੇ ਜਾ ਕੇ ਹੋਕਾ ਦੇਣ ਲੱਗ ਪਏ ਕਿ ਕੋਈ ਸਵਾਹ ਖਰੀਦ ਲੋ ਹਵਾ ਚੱਲ ਰਹੀ ਸੀ ਸਵਾਹ ਉੱਡ ਉੱਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਪੈਣ ਲੱਗੀ ਲੋਕਾਂ ਨੇ ਫੜ ਕੇ ਉਹਨਾਂ ਦੇ ਚੰਗੇ ਹੂਰੇ ਲਾਏ ਵੱਖੀਆਂ ਛਾਂਗ ਦਿੱਤੀਆਂ ਅਤੇ ਕੁੱਟ-ਕੁੱਟ ਕੇ ਉੱਥੋਂ ਭਜਾ ਦਿੱਤੇ ਕਹਿੰਦੇ ਬੁੱਧਵੋ ਕਦੇ ਸਵਾਹ ਵੀ ਵਿਕੀ ਹੈ ਭੱਜ ਜਾਓ ਇੱਥੋਂ ਉਹਨ ਸਾਰੇ ਸ਼ੇਖ ਚਿੱਲੀ ਤੇ ਕਚੀਚੀਆਂ ਵਟਣ ਲੱਗੇ ਕਹਿੰਦੇ ਅੱਜ ਉਸ ਦਾ ਕੰਮ ਤਮਾਮ ਕਰ ਹੀ ਛੱਡਾਂਗੇ ਅੱਜ ਉਸ ਨੂੰ ਮਾਰ ਕੇ ਹੀ ਸਾਂ ਲਵਾਂਗੇ ਆਉਂਦੇ ਸਾਰ ਉਹਨਾਂ ਨੇ ਸ਼ੇਖ ਚਿੱਲੀ ਨੂੰ ਕੁੱਟਿਆ ਤੇ ਫਿਰ ਇੱਕ ਬੋਰੀ ਵਿੱਚ ਬੰਨ ਲਿਆ ਦਰਿਆ ਕਾਫੀ ਦੂਰ ਸੀ ਰਾਹ ਵਿੱਚ ਉਹਨਾਂ ਨੂੰ ਪਿਆਸ ਲੱਗ ਗਈ ਉਹਨਾਂ ਨੇ ਬੋਰੀ ਨੂੰ ਰਾਹ ਦੇ ਨਾਲ ਇੱਕ ਦਰਖਤ ਥੱਲੇ ਰੱਖ ਦਿੱਤਾ ਅਤੇ ਆਪ ਥੋੜੀ ਦੂਰ ਪਾਣੀ ਪੀਣ ਚਲੇ ਗਏ ਸ਼ੇਖ ਚਿੱਲੀ ਬੋਰੀ ਵਿੱਚ ਬੰਨਿਆ ਹੋਲੀ ਹੋਲੀ ਰੋ ਰਿਹਾ ਸੀ ਨੇੜੇ ਇੱਕ ਮੁੰਡਾ ਮੱਝਾਂ ਚਾਰ ਰਿਹਾ ਸੀ ਰੋਣ ਦੀ ਆਵਾਜ਼ ਸੁਣ ਕੇ ਉਹ ਨੇੜੇ ਆ ਗਿਆ ਕਹਿੰਦਾ ਯਾਰ ਤੂੰ ਰੋ ਕਿਉਂ ਰਿਹਾ ਹੈ ਸ਼ੇਖ ਚਿੱਲੀ ਕਹਿੰਦਾ ਭਰਾਵਾ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਪਰ ਇਹ ਮੈਨੂੰ ਮੱਲੋ ਮੱਲੀ ਵਿਆਹ ਵਿੱਚ ਲੈ ਕੇ ਜਾ ਰਹੇ ਨੇ ਉਹ ਪਾਲੀ ਕਹਿੰਦਾ ਯਾਰ ਫੇਰ ਤੂੰ ਮੇਰਾ ਵਿਆਹ ਹੋ ਲੈਣ ਦੇ ਤੂੰ ਮੈਨੂੰ ਬੋਰੀ ਵਿੱਚ ਬੰਨ ਦੇ ਸ਼ੇਖ ਚਿੱਲੀ ਮੰਨ ਗਿਆ ਮੁੰਡੇ ਨੇ ਬੋਰੀ ਖੋਲ ਦਿੱਤੀ ਸ਼ੇਖ ਚਿੱਲੀ ਨੇ ਬਾਹਰ ਨਿਕਲ ਕੇ ਮੁੰਡੇ ਨੂੰ ਬੋਰੀ ਵਿੱਚ ਬੰਨ ਦਿੱਤਾ ਤੇ ਕਹਿੰਦਾ ਰਾ ਚੁੱਤੂ ਬੋਲੀ ਨਾ ਜੇ ਉਹਨਾਂ ਨੇ ਤੇਰਾ ਬੋਲ ਪਛਾਣ ਲਿਆ ਤਾਂ ਤੇਰਾ ਵਿਆਹ ਨਹੀਂ ਕਰਨਗੇ ਇਹ ਕਹਿ ਕੇ ਉਸ ਸਾਰੀਆਂ ਮੱਜਾਂ ਹੱਕ ਕੇ ਦੂਜੇ ਪਾਸੇ ਚਲਾ ਗਿਆ ਸ਼ੇਖ ਚਿੱਲੀ ਦੇ ਭਰਾ ਆਏ ਅਤੇ ਬੋਰੀ ਚੁੱਕ ਕੇ ਲੈ ਗਏ ਅੱਗੇ ਦਰਿਆ ਆ ਗਿਆ ਉਹਨਾਂ ਨੇ ਬੋਰੀ ਵਗਾ ਕੇ ਸਿਰ ਤੋਂ ਹੀ ਦਰਿਆ ਵਿੱਚ ਸੁੱਟ ਆਏ ਅਤੇ ਘਰ ਪਹੁੰਚ ਗਏ ਪਰ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਬਿੰਦ ਕੁਬਾਦ ਸ਼ੇਖ ਚਿੱਲੀ ਕਾਫੀ ਮੱਜਾ ਲੈ ਕੇ ਘਰ ਆਵੜਿਆ ਅੱਖਾਂ ਪਾੜ-ਪਾੜ ਕੇ ਦੇਖਣ ਲੱਗੇ ਕਿ ਇਹ ਕਿੱਥੋਂ ਆ ਗਿਆ ਸ਼ੇਖ ਚਿੱਲੀ ਨੇ ਦੱਸਿਆ ਕਿ ਦਰਿਆ ਦੇ ਹਿੱਠਾਂ ਤਾਂ ਮੱਜਾਂ ਦੇ ਕਾਫਲੇ ਜਾ ਰਹੇ ਸਨ ਮੈਂ ਤਾਂ ਜਿੰਨੀਆਂ ਨੂੰ ਘੇਰ ਸਕਿਆ ਉਨੀਆਂ ਹੀ ਲੈ ਕੇ ਘਰ ਆ ਗਿਆ ਜੇ ਕਹੀਂ ਜਣੇ ਹੋਣ ਤਾ ਭਾਵੇਂ ਸੌ ਮੱਜਾਂ ਲੈ ਆਉਣ ਹੁਣ ਐਤਕੀ ਉਸ ਦਾ ਯਕੀਨ ਉਹ ਕਿੱਦਾਂ ਨਾ ਕਰਦੇ ਉਹ ਦਰਿਆ ਵਿੱਚੋਂ ਤਾਂ ਆਇਆ ਹੀ ਸੀ ਉਹ ਸਾਰੇ ਉਸ ਦੇ ਮੂੰਹ ਵੱਲ ਵੇਖਣ ਲੱਗੇ ਉਹਨਾਂ ਨੂੰ ਜੱਕੋ ਤੱਕੀ ਵਿੱਚ ਦੇਖ ਕੇ ਸ਼ੇਖ ਚਿੱਲੀ ਨੂੰ ਫੇਰ ਬੋਲਣਾ ਪਿਆ ਕਹਿੰਦਾ ਓਏ ਭਰਾਵੋ ਐ ਕਰੋ ਫੇਰ ਜੇ ਨਹੀਂ ਯਕੀਨ ਤੁਹਾਨੂੰ ਪਹਿਲਾਂ ਬੇਬੇ ਨੂੰ ਸੁੱਟ ਕੇ ਵੇਖ ਲਓ ਸ਼ੇਖ ਚਿੱਲੀ ਨੂੰ ਬੇਬੇ ਤੇ ਵੀ ਗੁੱਸਾ ਸੀ ਇਹ ਗੱਲ ਉਹਨਾਂ ਦੇ ਦਿਲ ਤੇ ਲੱਗ ਗਈ ਪੰਜੇ ਭਰਾ ਸ਼ੇਖ ਚਿੱਲੀ ਸਮੇਤ ਬੇਬੇ ਨੂੰ ਨਾਲ ਲੈ ਕੇ ਦਰਿਆ ਦੇ ਕੰਢੇ ਚਲੇ ਗਏ ਦੋ ਜਾਣਿਆਂ ਨੇ ਬੇਬੇ ਨੂੰ ਚੁੱਕ ਕੇ ਦਰਿਆ ਵਿੱਚ ਸੁੱਟ ਦਿੱਤਾ ਬੁੱਢੀ ਡੁੱਬਣ ਲੱਗੀ ਅਤੇ ਹੱਥ ਪੈਰ ਮਾਰਨ ਲੱਗੀ ਜਿਉਂ ਹੀ ਬੁੱਢੀ ਨੇ ਹੱਥ ਮਾਰੇ ਤਾਂ ਸ਼ੇਖ ਚਿੱਲੀ ਝੱਟ ਬੋਲਿਆ ਓਏ ਮੂਰਖੋ ਹੁਣ ਕੀ ਦੇਖਦੇ ਹੋ ਮਾਰੋ ਛਾਲਾ ਉਹ ਤਾਂ ਹੱਥ ਮਾਰ ਕੇ ਤੁਹਾਨੂੰ ਸੱਦ ਰਹੀ ਹੈ ਕਹਿੰਦੀ ਦਿੱਤੀ ਆ ਜਾਓ ਚਟਚਾਰੇ ਭਰਾਵਾਂ ਨੇ ਦਰਿਆ ਵਿੱਚ ਛਾਲਾ ਮਾਰ ਦਿੱਤੀਆਂ ਅਤੇ ਉਹ ਹਿੱਟਲੀਆਂ ਮੱਜਾਂ ਦੇ ਨਾਲ ਹੀ ਰੁੜ ਗਏ ਸ਼ੇਖ ਚਿੱਲੀ ਸਾਰੀ ਜ਼ਮੀਨ ਦਾ ਮਾਲਕ ਬਣ ਗਿਆ ਦੁੱਧ ਪੀਣ ਨੂੰ ਮੱਜਾਂ ਬਥੇਰੀਆਂ ਸਨ ਮੁੜ ਕੇ ਫੇਰ ਉਹ ਪਹਿਲਾਂ ਵਾਂਗ ਮੋਜਾ ਕਰਨ ਲੱਗ ਪਿਆ ਸਿੱਖਿਆ ਸਾਨੂੰ ਕਿਸੇ ਦੀਆਂ ਗੱਲਾਂ ਵਿੱਚ ਨਾ ਆ ਕੇ ਆਪਣੀ ਸਿਆਣਪ ਤੋਂ ਹੀ ਕੰਮ ਲੈਣਾ ਚਾਹੀਦਾ ਹੈ